ਸਲਾਮ ਅਲੈਕੁਮ, ਕੀ ਹਾਲ ਵੀਰੋ? ਠੀਕ ਠਾਕ ਹੋ? ਖਰੀਅਤ ਹੈ? ਉਮੀਦ ਕਰਦਾ ਸਾਰੇ ਦੋਸਤ ਖਰੀਅਤ ਨਾਲ ਹੋਣਗੇ। ਸਾਰੇ ਦਿਨ ਦੇ ਵਿੱਚ ਦੋ ਤਿੰਨ ਪੈਲੀਆਂ ਤਿਆਰ ਕੀਤੀਆਂ ਨੇ। ਇੱਕ ਇਹ ਪੈਲੀ ਤਿਆਰ ਕੀਤੀ ਅਤੇ ਉਹ ਸਾਹਮਣੇ ਤਿੰਨ ਪੈਲੀਆਂ ਤਿਆਰ ਕੀ ਦੋ ਪੈਲੀਆਂ ਤਿਆਰ ਕੀਤੀਆਂ ਨੇ ਅਤੇ ਇਹ ਪੈਲੀ 2 ਕਿੱਲੇ ਦਾ ਪਲਾਟ ਇਹ ਅੱਜ ਲਵਾਇਆ। ਹਾਲੇ ਵੀ ਜੁੱਟ ਸਾਹਮਣੇ ਲੱਗ ਰਿਹਾ, ਲਾ ਰਿਹਾ ਲਾਭ। ਮੈਂ ਕਿਹਾ ਚਲੋ ਯਾਰ, ਸਾਰਾ ਦਿਨ ਤਾਂ ਵਲਾਗ ਨਹੀਂ ਬਣਾਇਆ, ਹੁਣ ਵਲਾਗ ਬਣਾ ਦਈਏ। ਸ਼ਾਮ ਪੈ ਗਈ ਹੈ, ਹੁਣ ਘਰ ਨੂੰ ਜਾਣ ਦਾ ਟਾਈਮ ਹੈ। ਚਲੋ ਅੱਜ ਵਲਾਗ ਬਣਾ ਲਿਆ, ਬੜੇ ਦਿਨਾਂ ਬਾਅਦ ਵਲਾਗ ਬਣਾ ਰਿਹਾ ਅਤੇ ਸਾਰਾ ਦਿਨ ਇਸ ਵਾਸਤੇ ਨਹੀਂ ਵਲਾਗ ਬਣਾਈ ਤਾਂ ਭਾਅ ਜੀ ਤੁਹਾਨੂੰ ਦੇਖਦਾ ਵਿਵਹਾਰ ਬਣੇ ਅਤੇ ਇਸ ਵਾਸਤੇ ਨਹੀਂ ਵਲਾਗ ਬਣਾਈ ਤਾਂ ਮੋਬਾਈਲ ਸਰ ਜੀ ਹੌਲਾ ਦੇ ਮੋਬਾਈਲ ਮੁੰਜੇ 'ਚ ਪੰਜ ਡਿੱਗ ਪਿਆ ਅਤੇ ਕੰਮ ਪੈ ਜਾਂਦਾ ਅਤੇ ਚਲੋ ਗੁਜ਼ਾਰਾ ਫਿਰ ਵੀ ਕਰੀਦਾ ਹੀ ਹੈ। ਤੁਸੀਂ ਬਸ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ, ਸਪੋਰਟ ਕਰੋ। ਮੈਂ ਗੋਪ੍ਰੋ ਕੈਮਰਾ ਲੈਣਾ ਇਨਸ਼ਾਅੱਲਾ, ਫਿਰ ਨਹੀਂ ਟੈਨਸ਼ਨ। ਜਾਂ ਵਾਟਰ ਪਰੂਫ ਮੋਬਾਈਲ ਨਹੀਂ ਲਾਂਗੇ, ਫਿਰ ਵੀ ਸਕੂਨ ਹੋ ਜਾਏਗਾ ਤੇਰਾ। ਇਹ ਸਾਹਮਣੇ ਲਾ ਪਈ ਆ, ਉਹ ਸਾਹਮਣੇ ਡੇਰਾ ਨਜ਼ਰ ਆ ਰਿਹਾ ਟਾਹਲੀਆਂ ਵਾਲਾ। ਇਹ ਇੱਥੋਂ ਉਹ ਪੀਟਰ ਆਪਣਾ ਇਹ ਲਾ ਪਈ ਆ, ਉੱਥੋਂ ਲਿਆ ਕੇ ਸੁੱਟੀ ਇੱਥੇ ਲਾਭ। ਇਹ ਲਾਭ ਚੁੱਕ ਕੇ ਇਸ ਪੈਲੀ 'ਚ ਸੁੱਟਣੀ ਹੈ, ਠੀਕ ਹੈ? ਇੱਕ ਇਹ ਪੈਲੀ ਤਿਆਰ ਕੀਤੀ ਹੈ, ਇਹ ਚੁੱਕ ਆ ਗਿਆ ਆਪਣਾ। ਇਸ ਪੈਲੀ ਨੂੰ ਅਸੀਂ ਕਰਾਮੂ ਵਾਲਾ ਕਿੱਲਾ ਕਹਿੰਦੇ ਹਾਂ। ਇਹ ਥਲੜਾ ਵੀਗਾ, ਇਹ ਟਿੱਬੇ ਵਾਲਾ ਕਿੱਲਾ, ਉਹ ਥਲੜੀਆਂ ਦੋ ਪੈਲੀਆਂ ਉਹ ਸਾਹਮਣੇ, ਉਤਲੇ 2 ਕਿੱਲੇ, ਉਸ ਤੋਂ ਉਤਲੇ 2 ਪੀਟਰ ਵਾਲੇ 2 ਕਿੱਲੇ, ਪਰਲੀ 11। ਪਰ ਇਸ ਤਰ੍ਹਾਂ ਹੀ ਪੈਲੀ ਇੱਥੇ ਅਲਹਮਦੁਲਿਲਾ। ਹਾਲ ਤੁਸੀਂ ਮੇਰੀ ਵੇਖ ਸਕਦੇ ਹੋ, ਕਿੱਡਾ ਸੋਹਣਾ ਬੰਦਾ ਲੱਗਦਾ ਇਸ ਕੰਮ ਦੇ ਵਿੱਚ। ਕੋਈ ਟੈਨਸ਼ਨ ਨਹੀਂ ਆ, ਸਕੂਨ ਦੇ ਨਾਲ ਬੰਦਾ ਰਾਤ ਨੂੰ ਸੌਂਦਾ, ਥੱਕਿਆ ਟੁੱਟਿਆ ਵਿਹਲਿਆਂ ਦੀ ਵੀ ਕੋਈ ਜ਼ਿੰਦਗੀ ਹੈ। ਜਿਹੜੇ ਮੇਰੇ ਸ਼ਹਿਰ ਦੇ ਭਰਾ ਰਹਿੰਦੇ ਨੇ ਅਤੇ ਸ਼ਹਿਰੀ, ਤੁਹਾਡੇ ਵਾਸਤੇ ਦੱਸਦੇ ਹਾਂ ਕਿ ਜਿਹੜੇ ਤੁਸੀਂ ਪਲਾਓ, ਚਾਈਨੀਜ਼ ਚਾਵਲ, ਬਿਰਿਆਨੀ, ਕਈ ਕਿਸਮਾਂ ਦੇ ਚਾਵਲ ਬਣਾ ਕੇ ਖਾਂਦੇ ਹੋ, ਉਹਦੀ ਤਿਆਰੀ ਹੋ ਰਹੀ ਹੈ ਇੱਥੇ ਲੱਗ ਕੇ। ਇੱਥੇ ਫਿਰ ਜਵਾਨ ਹੋਣਾ, ਪੌਦੇ ਤੋਂ ਫਸਲ ਤਿਆਰ ਹੋ ਕੇ ਜਾਣੀ ਹੈ, ਮੀਲਾਂ 'ਚ ਜਾਣੀ, ਉੱਥੇ ਫਿਰ ਚਾਵਲ ਤਿਆਰ ਹੋ ਕੇ ਤੁਹਾਡੇ ਤੱਕ ਆਉਣਾ, ਮਾਰਕੀਟ 'ਚ ਜਾ ਕੇ ਫਿਰ ਸੇਲ ਪਰਚੇਜ਼ ਹੋ ਕੇ ਤੁਹਾਡੇ ਤੱਕ ਜਾਣਾ, ਫਿਰ ਤੁਹਾਨੂੰ ਖਾਣੇ ਨੇ। ਆ ਵੇਖ ਲਓ ਕਿੱਥੋਂ ਤਿਆਰ ਹੋ ਕੇ ਫਸਲ, ਕਿੱਥੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ ਫਸਲ, ਲਾਉਂਦਾ ਕਿਹੜਾ ਅਤੇ ਖਾਂਦਾ ਕਿਹੜਾ ਹੈ। ਇਹ ਜੇ ਨਿਜ਼ਾਮ ਕੁਦਰਤ ਦੁਨੀਆ ਦਾ ਨਿਜ਼ਾਮ ਮੇਰਾ ਮਾਲਕ ਚਲਾ ਰਿਹਾ ਇਹਨੂੰ। ਇੱਥੇ ਵੇਖੋ ਹਰ ਪਾਸੇ ਜ਼ਿਮੀਦਾਰ ਲੋਕ ਲੱਗੇ ਨੇ ਕੰਮ ਜ਼ੋਰਾਂ 'ਤੇ ਵੇ। ਇਹ ਪਈ ਹੈ ਕਈ, ਇਹ ਬੰਨਾ ਬਣਾਇਆ ਮੈਂ ਸਾਰਾ ਹੀ, ਇਹ ਵੀ ਲਾਭ ਲਿਆ ਕੇ ਸੁੱਟੀ ਇਸ ਪੈਲੀ ਵਾਸਤੇ, ਕੁਛ ਇਸ ਪੈਲੀ ਵਾਸਤੇ ਵੀ ਵਾਸਤੇ ਅਤੇ ਸਾਰਾ ਖਰਾਬ ਹੋ ਗਿਆ।
ਲੰਘ ਲੰਘ ਗਿੱਲੇ ਬੰਨੇ ਤੋਂ ਲੰਘ ਲੰਘ ਕੇ ਬੰਨਾ ਪੈ ਕੇ ਹੁਣ ਕਿਹੜੀ ਦਿਨ ਦੁਬਾਰਾ ਬਣਾ ਦਿੰਦੇ ਹਾਂ। ਅਤੇ ਚਲੋ ਆ ਕੇ ਬਾਰਿਸ਼ਾਂ ਪੈਂਦੀਆਂ ਨੇ, ਪਾਣੀ ਜਦੋਂ ਬਹੁਤਾ ਹੁੰਦਾ ਬੰਨਾ ਰੁੜੇਗਾ ਨਹੀਂ ਅਤੇ ਪਾਣੀ ਰੁੜੇਗਾ ਨਹੀਂ, ਪਾਣੀ ਡੱਕਣਾ ਬੜਾ ਜ਼ਰੂਰੀ ਹੁੰਦਾ ਪਹਿਲੀ 'ਚ ਮੁੰਜੀ 'ਚ। ਅਤੇ ਮੈਂ ਨਾ ਜ਼ਰਾ ਕੰਮ ਕਰ ਲਾਂ ਫਿਰ ਤੁਹਾਨੂੰ ਦੱਸ ਵਿਖਾਵਾਂਗਾ ਕੀ ਕੀਤਾ ਆ ਬੰਨੇ ਇੱਥੋਂ ਤੱਕ, ਵੇਖ ਲਓ ਜੇ। ਲਓ ਜੀ ਨਾਜ਼ਰੀਨ, ਬੰਨਾ ਤਾਂ ਹੋ ਗਿਆ ਤਿਆਰ। ਜਿਸ ਤਰ੍ਹਾਂ ਮੈਂ ਕਹਿ ਰਿਹਾ ਇਸ ਤਰ੍ਹਾਂ ਤਿਆਰ ਨਹੀਂ ਹੋ ਗਿਆ, ਇਹਦੇ ਵਾਸਤੇ ਬੜਾ ਟਾਈਮ ਲੱਗਾ, ਮਿਹਨਤ ਲੱਗੀ ਹੈ। ਸੁਬਹਾ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਆਇਆ ਹਾਂ, ਉਹ ਹੁਣ ਸੂਰਜ ਗਰੂਪ ਹੋ ਗਿਆ ਉਹ ਸਾਹਮਣੇ, ਅਤੇ ਸ਼ਾਮ ਹੋ ਗਈ ਹੈ ਮੈਨੂੰ ਸਾਰਾ ਦਿਨ ਗਰਮੀ ਦੇ ਵਿੱਚ ਇੱਥੇ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜੁਲਾਈ ਦੀ ਗਰਮੀ, ਤੁਹਾਨੂੰ ਵੀ ਪਤਾ ਨਾ ਸ਼ਹਿਰਾਂ ਦੇ ਵਿੱਚ ਕੀ ਹਿਸਾਬ ਕਿਤਾਬ ਹੈ, ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਹੋ, ਅਤੇ ਸਾਰਾ ਦਿਨ ਧੁੱਪੇ ਰਹਿਣਾ ਉਹ ਵੀ ਇੰਨੀ ਗਰਮੀ ਦੇ ਵਿੱਚ। ਅਸਲ ਵੀਡੀਓ ਨਾ ਉਹਨਾਂ ਮੁੰਡਿਆਂ ਵਾਸਤੇ ਆ, ਸ਼ਹਿਰੀ ਮੁੰਡਿਆਂ ਵਾਸਤੇ, ਉਹ ਜਿਹੜੇ ਘਰ ਦਾ ਸੌਦਾ ਹੀ ਲਿਆ ਕੇ ਕਹਿੰਦੇ ਨੇ ਮਾਮਾ ਮੈਂ ਥੱਕ ਗਿਆ ਹੂੰ, ਅਤੇ ਉਹਨਾਂ ਵਾਸਤੇ ਸਪੈਸ਼ਲ ਆ ਕਿ ਕਿਸੇ ਵੀ ਕੰਮ ਵਾਸਤੇ ਸੱਟਣਾ ਪੈਂਦਾ, ਕੰਮ ਕਰੋ, ਮਿਹਨਤ ਕਰੋ, ਹੱਥ ਹੱਲਾ ਹੱਲਾ ਕਰੋ, ਜ਼ਿੰਮੇਦਾਰੀ ਦਾ ਹਿਸਾਬ ਕਿਤਾਬ ਆ ਕਿ ਬੰਦਾ ਆਪਣੀ ਮਲਕੀਅਤ ਹੋਣ ਦੇ ਬਾਵਜੂਦ ਸਾਰਾ ਦਿਨ ਇੰਨਾ ਕੰਮ ਕਰਦਾ, ਇੰਨਾ ਕੰਮ ਕਰਦਾ, ਹੋਰ ਸ਼ੋਬਿਆਂ ਵਿੱਚ ਇੰਨਾ ਕੰਮ ਨਹੀਂ ਹੈਗਾ, ਇੱਥੇ ਬੰਦੇ ਲਵਾ ਕੇ ਕੰਮ ਕਰੋ ਤਾਂ ਵੀ ਨਾਲ ਕਰਨਾ ਪੈਂਦਾ। ਅਤੇ ਇਹ ਵੀਡੀਓ ਮੈਂ ਇਨਸ਼ਾਅੱਲਾ ਅੱਜ ਰਾਤ ਨੂੰ ਅਪਲੋਡ ਕਰਾਂਗਾ, ਅਤੇ ਮੇਰੀ ਬਾਂਹ ਥੱਕ ਗਈ ਵੀ ਜਿੰਨਾ ਮੋਬਾਈਲ ਫੜਿਆ, ਕਿਉਂਕਿ ਕਈ ਚਲਾ ਚਲਾ ਕੇ ਪਹਿਲਾਂ ਹੀ ਥੱਕੀ ਹੈ। ਅਤੇ ਇਹ ਇਕੱਲਾ ਬੰਨਾ ਹੀ ਨਹੀਂ ਬਣਾਇਆ, ਅਲਾਵ ਲਿਆਉਂਦੀ ਹੈ, ਹੱਥ ਵੇਖੋ ਮੇਰੇ ਕਿਹੜੇ ਰੰਗ ਦੇ ਹੋਏ ਨੇ। ਅਤੇ ਇਹ ਬੰਨਾ ਬਣਾਇਆ, ਉਹ ਪਰਲੀ ਪਹਿਲੀ ਦੇ ਬੰਨੇ ਬਣਾਏ ਨੇ। ਅਤੇ ਜਦੋਂ ਬੰਨਾ ਰੋਜ਼ ਦੋਸਤੋ ਸ਼ਾਮ ਹੋ ਗਈ ਹੈ, ਰਾਮਾ ਹੋ ਗਈਆਂ ਨੇ, ਅਤੇ ਇਹ ਹਾਲਤ ਆਪਣੇ ਵੀਰ ਦੀ ਤੁਹਾਡੇ ਦੀ, ਅਤੇ ਆ ਕੇ ਫਿਲਟਰ 'ਤੇ ਆਪਣਾ ਬੰਦ ਕੀਤਾ ਇਹ ਦੁਪਹਿਰ ਦਾ ਹੀ। ਅਤੇ ਮੈਂ ਕਿਹਾ ਚਲੋ ਕੱਪੜੇ ਛੱਪੜੇ ਧੋ ਕੇ ਹੁਣ ਘਰ ਚਲੀਏ, ਘਰ ਚੱਲ ਕੇ ਕੱਪੜੇ ਬਦਲਨੇ ਆ। ਫਿਰ ਫਸ ਗਿਆ ਹੁਣ ਤਾਂ ਭੈੜੇ ਫਸਿਆ ਹੈ ਨਾ, ਮੈਂ ਟਿਕਟਾਕ ਨਹੀਂ ਚੱਲਦੀ। ਉਹ ਇਹਨਾਂ ਨੂੰ ਪਹਿਲਾਂ ਪਦਰੀ ਕਰਨੀ ਚਾਹੀਦੀ ਆ, ਕੰਮ ਨਹੀਂ ਆ ਕਰਨ ਵਾਲੇ ਯਾਰ, ਹੈ ਨਾ, ਪਹਿਲਾਂ ਪਦਰੀ ਕਰਨੀ ਚਾਹੀਦੀ।